ਪੁਲਿਸ ਵੱਲੋਂ ਹੋਟਲ ਵਿੱਚ ਮਾਰਿਆ ਛਾਪਾ 8 ਕੁੜੀਆਂ ਤੇ 4 ਮੁੰਡੇ ਕਾਬੂ ਨੰਗਰ ਰੋਡ ਅਲੀਪੁਰ ਵਿਖੇ ਇੱਕ ਹੋਟਲ ਤੇ ਛਾਪਾ ਮਾਰ ਕੇ ਪੁਲਿਸ ਵੱਲੋਂ ਦੇਵ ਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨੰਗਰ ਰੋਡ ਅਲੀਪੁਰ ਇੱਕ ਢਾਬੇ ਵਿੱਚ ਦੇਵ ਪਾਰ ਦਾ ਧੰਦਾ ਚੱਲਦਾ ਹੈ ਇਸ ਤੇ ਕਾਰਵਾਈ ਕਰਦੇ ਉਹਨਾਂ ਵੱਲੋਂ ਐਸਐਚਓ ਥਾਣਾ ਸਦਰ ਅਤੇ ਚੌਕੀ ਇੰਚਾਰਜ ਘਨੋਲੀ ਦੀ ਪੁਲਿਸ ਪਾਰਟੀ ਵੱਲੋਂ ਹੋਟਲ ਵਿੱਚ ਰੇਡ ਕੀਤੀ ਜਿੱਥੇ ਵੱਖ-ਵੱਖ ਕਮਰਿਆਂ ਵਿੱਚ ਮੁੰਡੇ ਕੁੜੀਆਂ ਨੂੰ ਯਾਤਿਆ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਸੁਖਵਿੰਦਰ ਕੌਰ ਸੁੱਖੀ ਸਪੁੱਤਰੀ ਮੇਵਾ ਸਿੰਘ ਵਾਸੀ ਰਤਨਪੁਰਾ ਨੇ ਇੱਕ ਹੋਟਲ ਕਿਰਾਏ ਤੇ ਲੈ ਕੇ ਆਪਣੇ ਮੈਨੇਜਰ ਹਰਪਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅਲੀਪੁਰ ਦੇ ਨਾਲ ਰਲ ਕੇ ਦੇਵ ਪਾਰ ਦਾ ਧੰਦਾ ਕਰਦੀ ਹੈ ਤੇ ਰਿਮੋਟੀ ਕਮਾਈ ਕਰਦੇ ਹਨ ਜਿਸ ਤੇ ਰੇਡ ਮਾਰ ਕੇ 8 ਕੁੜੀਆਂ ਤੇ 4 ਮੁੰਡੇ ਕਾਬੂ ਕੀਤੇ ਗਏ ਹਨ ਅਤੇ ਹੋਟਲ ਮਾਲਕ ਸੁਖਵਿੰਦਰ ਕੌਰ ਮੌਕੇ ਤੇ ਫਰਾਰ ਦੱਸੀ ਜਾ ਰਹੀ ਹੈ ਤੇ ਉਸ ਦੀ ਗੱਡੀ ਨੂੰ ਕਾਬੂ ਕੀਤਾ ਗਿਆ ਤੇ ਜਿਨ੍ਹਾਂ ਨੂੰ ਕੱਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਰੋਪੜ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਘਨੌਲੀ ਨੇੜੇ ਅਲੀਪੁਰ ਵਿਖੇ ਇੱਕ ਢਾਬੇ ਦੇ ਉੱਤੇ ਛਾਪਾ ਮਾਰ ਕੇ 12 ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ 8 ਕੁੜੀਆਂ ਤੇ 4 ਮੁੰਡੇ ਹਨ ਇਸ ਛਾਪਾ ਪੁਲਿਸ ਨੂੰ ਮਿਲੀ ਖੁਫੀਆ ਜਾਣਕਾਰੀ ਤੋਂ ਬਾਅਦ ਡੀਐਸਪੀ ਵਰਿੰਦਰਜੀਤ ਸਿੰਘ ਦੀ ਟੀਮ ਵੱਲੋਂ ਮਾਰਿਆ ਗਿਆ ਤੇ ਜਿਹਦੇ ਵਿੱਚ ਥਾਣਾ ਐਸਐਚਓ ਤੇ ਘਨੌਲੀ ਇੰਚਾਰਜ ਇੰਦਰਜੀਤ ਸਿੰਘ ਸ਼ਾਮਲ ਹਨ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਜੀਟੀ ਰੋਡ ਅਲੀਪੁਰ ਦੇ ਨੇੜੇ ਆਰਐਸ ਢਾਬਾ ਹੈ ਉਹਦੇ ਉੱਤੇ ਰੇਡ ਕੀਤਾ ਸੀ ਸਾਨੂੰ ਸੀਕ੍ਰੈਟ ਇਨਫੋਰਮੇਸ਼ਨ ਆਈ ਸੀ ਕਿ ਇਸ ਢਾਬੇ ਦੇ ਉੱਤੇ ਹੋਟਲ ਦੇ ਉੱਤੇ ਕਮਰੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਸੁਖਵਿੰਦਰ ਕੌਰ ਇੱਕ ਸੁੱਖੀ ਨਾਂ ਦੀ ਲੇਡੀ ਹੈਗੀ ਹੈ ਜਿਹੜੀ ਆਪਣੇ ਮੈਨੇਜਰ ਹਰਪਿੰਦਰ ਸਿੰਘ ਦੇ ਨਾਲ ਰਲ ਕੇ ਇੱਥੇ ਦੇਹ ਵਪਾਰ ਦਾ ਧੰਦਾ ਜਿਹੜਾ ਗੈਰ ਕਾਨੂੰਨੀ ਧੰਦਾ ਕਰਵਾਉਂਦੀ ਹੈਗੀ ਹੈ ਇਸ ਇਨਫੋਰਮੇਸ਼ਨ ਦੇ ਆਧਾਰ 'ਤੇ ਅਸੀਂ ਐਸਐਚਓ ਸਦਰ ਇੰਚਾਰਜ ਘਨੌਲੀ ਨੂੰ ਨਾਲ ਲੈ ਕੇ ਰੇਡ ਕੀਤਾ ਸੀਗਾ ਅਤੇ ਜਿਹਦੇ ਆਧਾਰ 'ਤੇ ਅਸੀਂ ਇੱਥੋਂ ਇਤਰਾਜ਼ਯੋਗ ਹਾਲਤ ਦੇ ਵਿੱਚ ਕਮਰਿਆਂ ਦੇ ਵਿੱਚ ਬੈਠੇ 3 ਮਤਲਬ ਇਤਰਾਜ਼ਯੋਗ ਹਾਲਤ 'ਚ ਜੋੜੇ ਬੈਠੇ ਸੀ ਉਹ ਰਿਕਵਰ ਕੀਤੇ ਨੇ ਅਤੇ ਇਸ ਤੋਂ ਇਲਾਵਾ 5 ਲੇਡੀਜ਼ ਹੋਰ ਜਿਹੜੀਆਂ ਕਿ ਇਸ ਦੇ ਵਪਾਰ ਦੇ ਧੰਦੇ 'ਚ ਇਨਵੋਲਵ ਨੇ ਉਹ ਆਪਣੇ ਗਾਹਕਾਂ ਦੀਆਂ ਇੱਥੇ ਵੇਟ ਕਰ ਰਹੀਆਂ ਸੀਗੀਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਜਿਹੜੀ ਸੁਖਵਿੰਦਰ ਕੌਰ ਸੁੱਖੀ ਹੈ ਉਹ ਇੱਥੇ ਮੌਕੇ ਤੋਂ ਖਿਸਕਣ 'ਚ ਕਾਮਯਾਬ ਹੋਈ ਹੈ ਉਹਨੂੰ ਅਸੀਂ ਫੜਨ ਲਈ ਰੇਡ ਕਰ ਰਹੇ ਹੈਗੇ ਹਾਂ ਜਿਹਦੇ ਆਧਾਰ 'ਤੇ ਅਸੀਂ ਜਿਹੜਾ ਹੈਗਾ ਥਾਣਾ ਸਦਰ ਦੇ ਵਿੱਚ FIR ਨੰਬਰ 26 ਇਮੋਰਲ ਟ੍ਰੈਫਿਕ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਹੈ ਅਤੇ ਫਰਦਰ ਤਫਤੀਸ਼ ਅਸੀਂ ਜਾਰੀ ਹੈ ਜਿਹੜੀ ਅੱਗੇ ਕੱਲ੍ਹ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਅਤੇ ਅੱਗੇ ਫਰਦਰ ਜਿਹੜੀ ਤਫਤੀਸ਼ ਹੈ ਉਹ ਜਾਰੀ ਇਹ ਉਹ ਤਫਤੀਸ਼ 'ਚ ਸਾਨੂੰ ਪਤਾ ਲੱਗੂਗਾ ਜੀ ਹਾਲੇ ਤਫਤੀਸ਼ ਜਾਰੀ ਹੈ।